बच्चा किन्ने चिर दा हो गया अठ महीने का घर का बच्चा जी हां घर का बच्चा ठीक है ਤੇ ਵੀਰੇ ਜੀ ਆਪਾਂ ਇਹਦੀ ਗੱਲ ਕਰੀਏ ਹੋਰ ਪਹਿਲਾਂ ਕਿਸੇ ਕੰਪੀਟੀਸ਼ਨ ਚ ਪਿਆ ਨਹੀਂ ਫਸਟ ਹੋ ਠੀਕ ਹੈ ਇਹ ਮੇਲਾ ਵੀ ਪਹਿਲਾਂ ਹੋਰ ਵੀ ਪਹਿਲਾਂ ਕਿਸੇ ਮੇਲੇ ਚ ਭਾਗ ਲਿਆ ਨਹੀਂ ਪਹਿਲਾਂ ਹੀ ਹਾਂਜੀ ਠੀਕ ਹੈ ਵੀਰੇ ਬੈਸਟ ਮਿੰਟੂ ਗਰਾਊਂਡ ਚ ਕਾਪੀ ਭੇਜੀ ਇੱਕ ਸਾਰੇ ਅੱਡੋ ਅੱਡੀ ਆਪਦੇ ਐਕਸਪੀਰੀਅੰਸ ਲੈ ਕੇ ਬਾਈ ਪਹੁੰਚੇ ਆ ਤੇ ਚੰਗੀ ਕੁਆਲਿਟੀ ਆਈ ਆ ਤੇ ਸਾਰਿਆਂ ਨਾਲ ਗੱਲਬਾਤ ਕਰਾਵਾਂਗੇ ਤਾਂ ਕਿ ਤੁਸੀਂ ਹਰੇਕ ਨਾਲ ਸੰਪਰਕ ਕਰ ਸਕੋ ਬਾਈ ਸਤਿ ਸ਼੍ਰੀ ਅਕਾਲ ਤਿੰਨ ਬੱਚੇ ਕੱਢ ਕੇ ਜਿਹੜੇ ਏਰੀਆ ਬਾਈ ਪੁੱਟਾ ਪਿੰਡਾ ਫਸਗੜ ਜ਼ਿਲ੍ਹੇ ਵੀਰੇ ਇੰਨੀ ਕੁਆਂਟੀਟੀ ਦੇ ਵਿੱਚੋਂ ਤਿੰਨ ਫਸਗੜ ਜ਼ਿਲ੍ਹੇ ਦੇ ਵਿੱਚੋਂ ਆਇਆ ਬਾਈ ਕਿੰਨੀ ਵਾਰ ਪੈ ਗਈ ਕਿਉਂਕਿ ਸੋਹਣੇ ਤਾਂ ਸਾਰੇ ਬਾਈ 150 ਕਿਲੋਮੀਟਰ 150 ਕਿਲੋਮੀਟਰ ਤਾਂ ਇਸ ਲਈ ਕਿੰਨੇ ਨਾਗ ਲੈ ਕੇ ਆਏ ਹੋ ਇੱਥੇ ਲੈ ਕੇ ਆਏ ਹੋ ਜਾਂਦੇਗਾ ਕਿਹੜੀ ਕਿਹੜੀ ਕਿਹੜੇ ਕਿੰਨੇ ਛੋਟੇ ਖੀਰੇ ਆ ਦੋ ਬੜੇ ਬੱਕਰੇ ਆ ਵੀਰੇ ਠੀਕ ਹੈ ਪਿਛਲੇ ਸਾਲ ਵੀ ਚੈਂਪੀਅਨ ਰਹੇ ਆ ਪਰਸ਼ੇ ਦੰਦ ਕਿਹੜੇ ਨਾ ਤੋਂ ਪੁੱਟਾ ਪਿੰਡਾ ਫਸਗੜ ਜ਼ਿਲ੍ਹੇ ਜੀ ਵੀਰੇ ਨਹੀਂ ਕਿਹੜੇ ਮੇਲੇ ਤੋਂ ਪੂਰੀ ਪੂਰੀ ਲੌਂਗ ਵਾਲੇ ਪਰਸ਼ੇ ਦੰਦ ਹਾਂਜੀ ਵੱਡਾ ਬੱਕਰਾ ਸ਼ੇ ਦੰਦ ਆ ਚੈਂਪੀਅਨ ਠੀਕ ਹੈ ਮਤਲਬ ਆਪਾਂ 240000 ਦਾ ਰੋਈ ਠੀਕ ਹੈ ਪੂਰੀ ਪਾਇਆ ਦਾ ਆਪਣੇ ਚੈਂਪੀਅਨ ਰਿਹਾ ਹੋ ਓਕੇ ਜਦੋਂ ਖੀਰਿਆਂ ਦਾ ਫਾਈਨਲ ਹੋ ਗਿਆ ਸੋ ਦੋਸਤੋ ਲੱਖਾਂ ਰੁਪਈਆਂ ਦੀ ਗੱਲ ਹੋ ਰਹੀ ਆ ਤਾਂ ਹੀ ਮੈਚ ਫਸਦੇ ਆ ਤੇ ਚੰਗੀ ਕੁਆਲਿਟੀ ਆ ਜਿਹੜੀ ਉਹਦਾ ਮੁੱਲ ਪੈਣਾ ਲਾਜ਼ਮੀ ਆ ਇਹੋ ਜਿਹੇ ਮੇਲੇ ਅਕਸਰ ਮੁੱਲ ਪੈਂਦੇ ਰਹਿੰਦੇ ਆ ਤੇ ਬੱਚਾ ਦਿਖਾ ਦੀ ਕਰੇ ਬਾਈ ਬਾਈ ਸਤਿ ਸ਼੍ਰੀ ਅਕਾਲ ਕਿਹੜਾ ਏਰੀਆ ਦਾ ਫਾਈਨਲ ਹੋ ਗਿਆ ਇੱਕੋ ਹੀ ਨਾਮ ਹੈ ਇਕੱਠੀ ਇੱਕੋ ਨਾਮ ਹੈ ਇੱਕੋ ਕਰਦੇ ਆ ਹਾਂ ਜੀ ਹਾਂ ਇੱਕੋ ਕਰਦੇ ਬੱਚੇ ਆ ਦੋਸਤੋ ਕੁਆਲਿਟੀ ਮੈਟਰ ਕਰਦੀ ਹੈ ਇਕੱਠੇ ਹੀ ਸਾਰੇ ਮੜਾ ਬੱਚਾ ਦਿਖਾ ਦੀ ਗਾ ਕਰਕੇ ਬਾਈ ਤੋ ਮੇਲਾ ਬਾਈਆਂ ਲੁੱਟਣਾ ਤੇ ਹਜੇ ਤੁਹਾਨੂੰ ਬਾਈਆਂ ਦਾ ਵੱਡਾ ਬੱਕਰਾ ਜਿਹੜਾ ਉਹ ਵਿਖਾਵਾਂਗੇ ਸਵਾਦ ਆਉਣ ਵਾਲਾ ਮੇਲੇ ਦੇ ਵਿੱਚ ਲੈਣ ਦੇ ਵਿੱਚ ਜਿਹੜੇ ਲੱਗੇ ਇਹ ਬਾਈਆਂ ਦੇ ਨਾਗਾ ਜਿਹੜੇ ਬਹੁਤ ਸੋਹਣੀ ਕੁਆਲਿਟੀ ਬਾਈ ਲੈ ਕੇ ਆਇਆ ਬਾਈ ਸਤਿ ਸ਼੍ਰੀ ਅਕਾਲ ਕਿਹੜੇ ਏਰੀਆ ਵੀਰੇ ਧੂਰਕੋਟ ਪਿੰਡ ਆ ਬਾਈ ਬਰਨਾਲਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਠੀਕ ਆ ਤੇ ਮੜੇ ਅੱਗੇ ਕਰਕੇ ਦਿਖਾਇਓ ਬਾਈ ਕਿੰਨੀ ਉਮਰ ਦਾ ਹੋ ਗਿਆ ਬਾਈ ਇਹ 7 ਮਹੀਨੇ ਦਾ ਰਹਿ ਗਿਆ ਬਾਈ 7 ਮਹੀਨੇ ਦਾ ਦੋਸਤੋ ਕੁਆਲਿਟੀ ਕਰੋ ਚੈੱਕ ਤੇ ਦੇਖ ਰਿਹਾ ਕਿਹੜਾ ਕਿਹੜੇ ਨੰਬਰ ਤੇ ਆਉਂਦਾ ਹੈ ਇਹਦੀ ਕਿੰਨੀ ਆ ਜਾ ਬਾਈ ਕਿੰਨੀ ਉਮਰ ਮਹੀਨੇ ਦਾ ਬਾਈ 6 ਮਹੀਨੇ ਦਾ 6 ਮਹੀਨੇ ਦਾ ਕਿਹੜਾ ਪਿੰਡ ਬੈਂਡਾ ਜੀ ਬਠਿੰਡਾ ਖਾਸ ਬੈਂਡਾ 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 ਇਹ ਕਿੱਥੇ ਰਹਿ ਗਿਆ ਇਹ ਧੂਰੀ ਲਵੇ ਧੂਰੀ ਲਵੇ ਠੀਕ ਹੈ ਬਾਈ ਬਾਈ ਆਪਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਕਿਹੜਾ ਏਰੀਆ ਨੂਬਗੜ ਪਿੰਡ ਬਾਈ ਪਨੇਰ ਲਵੇ ਪਨੇਰ ਠੀਕ ਹੈ ਬਾਈ ਕਿੰਨੇ ਨਾਗ ਲੈ ਕੇ ਆਏ ਹੋ ਅੱਜ ਕਿੰਨੇ ਬੱਚੇ ਨੇ ਦੋਵੇਂ ਆਪਦੇ ਹਾਂ ਘਰੇ ਘਰ ਦੇ ਬੱਚੇ ਘਰ ਦੇ ਘਰੇ ਕਿੰਨੇ ਕ ਜਾਨਵਰ ਨੇ ਘਰੇ ਹੈਗੇ ਨੇ 50 60 ਜਾਨਵਰ 50 60 ਜਾਨਵਰ ਪਹਿਲਾ ਮੇਲਾ ਨਾ ਬਾਈ ਆਏ ਮੇਲੇ ਦੀ ਹੁੰਦੀ ਅੱਛਾ ਐਸੇ ਮੇਲੇ ਤੇ ਤੇ ਹੋਰ ਕਿਹੜੇ ਕੈਟਾਗਰੀ ਚ ਨਾਲ ਪਾਉਣੇ ਆ ਹੋਰ 8 ਦੰਦ ਜੀ ਵੀ ਪਾਵਾਂਗੇ ਬਾਈ 6 ਦੰਦ ਜੀ ਵੀ ਪਾਵਾਂਗੇ ਠੀਕ ਹੈ 8 ਜੀ ਵੀ ਪਾਏ ਠੀਕ ਹੈ ਬਾਈ ਬੈਸਟ ਆਫ ਲੱਕ ਵੀਰੇ ਦੋਸਤੋ ਹਰੇਕ ਕਿਸੇ ਨਾ ਕਿਸੇ ਕੈਟਾਗਰੀ ਚ ਭਾਗ ਲੈ ਰਿਹਾ ਆਪਦੀ ਕਿਸਮਤ ਅਜਮਾ ਰਿਹਾ ਸੋ ਕੁਆਲਿਟੀ ਜਿੱਤਨੀ ਆ ਤੇ ਦੂਜੇ ਨੰਬਰ ਤੇ ਜਿਹੜੇ ਆ ਜਾਨਵਰ ਸੰਭਾਲ ਉਹ ਵੀ ਜਿੱਤਨੀ ਬਾਈ ਸਤਿ ਸ਼੍ਰੀ ਅਕਾਲ ਬਾਈ ਅੱਗੇ ਨੂੰ ਕਰ ਲੈ ਮਾੜਾ ਜੀ ਬੇਨਤੀ ਆ ਕਿ ਕਿਹੜਾ ਏਰੀਆ ਬਾਈ ਆਪਾਂ ਉਹ ਹੀ ਫਾਰਮ ਤੇ ਬਰਨਾਲਾ ਰੱਖ ਰਹੇ ਆ ਬਰਨਾਲਾ ਲੋਕਲ ਜਾਨਵਰ ਆਪਾਂ ਕੋਈ ਪਾਲੇ ਜਾਂਦਾ ਕਿ ਕੋਕਾ ਕਿੰਨੇ ਚਿਰ ਦਾ ਹੋ ਗਿਆ ਬਾਈ ਮੇਰੇ 1.5 ਸਾਲ ਦਾ ਹੋ ਗਿਆ 1.5 ਸਾਲ ਠੀਕ ਹੈ ਤਾਂ ਠੀਕ ਹੈ ਫੈਮਿਲੀ ਬਹੁਤ ਸ਼ੌਕ ਸੋ ਦੋਸਤੋ 1.5 ਸਾਲ ਦਾ ਹੋ ਗਿਆ ਦੇਖੋ ਕੁਆਲਿਟੀ ਚੈੱਕ ਕਰ ਲਿਓ ਤੇ ਅੱਗੇ ਵੀ ਬਾਈਆਂ ਦੇ ਨਾਲ ਦਿਖਾਉਂਦੇ ਰਹਿੰਦੇ ਆ ਮੜੇ ਬੱਕਰਾ ਜ਼ਰੂਰ ਦਿਖਾਇਆ ਕਰੀ ਤਾਂ ਕਿ ਬਾਈਆਂ ਤੱਕ ਕੁਆਲਿਟੀ ਆ ਜਿਹੜੀ ਪਹੁੰਚ ਸਕੇ ਪਿੰਡ ਏਰੀਆ ਸਾਡਾ ਪੁੱਛਣ ਦਾ ਮਕਸਦ ਇਹ ਆ ਦੋਸਤੋ ਕਿ ਤੁਹਾਨੂੰ ਤੁਹਾਡੇ ਨੇੜੇ ਏਰੀਆ ਦੇ ਵਿੱਚ ਕੋਈ ਚੰਗੀ ਚੀਜ਼ ਮਿਲ ਜੇ ਤਾਂ ਕਿ ਤੁਸੀਂ ਆਪਦੀ ਬਰੀਡ ਦੇ ਵਿੱਚ ਸੁਧਾਰ ਕਰ ਸਕੋ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕਿਹੜਾ ਏਰੀਆ ਬਠਿੰਡਾ ਏਰੀਆ ਬਾਈ ਬਠਿੰਡਾ ਲੋਕਲ ਹੀ ਕਿ ਪਿੰਡ ਪਿੰਡ ਮੈਸਰਖਾਨਾ ਮੈਸਰਖਾਨਾ ਹਾਂਜੀ ਮੈਸਰਖਾਨਾ ਦੋਸਤੋ ਇੱਥੇ ਮੰਡੀ ਵੀ ਲੱਗਦੀ ਆ ਤੁਸੀਂ ਅਕਸਰ ਚੈਨਲਾਂ ਦੇ ਉੱਤੇ ਵੀ ਇਸ ਮੰਡੀ ਦੀਆਂ ਵੀਡੀਓ ਦੇਖਦੇ ਰਹਿੰਦੇ ਹੋ ਬਾਈ ਕੀ ਇਹਦੀ ਡਿਟੇਲ ਆ ਕਿੰਨੇ ਚਿਰ ਦਾ ਹੋ ਗਿਆ ਬਾਈ ਇਹ 8.5 ਮਹੀਨੇ ਦਾ ਬਾਈ ਖੀਰਾ ਬੱਚਾ ਘਰ ਦਾ ਬੱਚਾ ਜੀ ਹਾਂ ਹਾਂ ਹੋਰ ਵੀ ਨਾਗ ਲਿਆਂਦੇ ਆ ਨਹੀਂ ਸਿੰਗਲ ਹੀ ਲਿਆਂਦੇ ਪਹਿਲੇ ਠੀਕ ਹੈ ਬਾਈ ਵੀਰ ਸੁਣਨ ਜਿਹੜੇ ਖੀਰੇ ਵਿੱਚ ਕਿਸੇ ਦਾ ਪਹਿਲਾ ਮੁਕਾਬਲਾ ਕਿਸੇ ਨੇ ਪਹਿਲਾਂ ਜਿੱਤਿਆ ਐਕਸਪੀਰੀਅੰਸ ਵਾਲਾ ਬੰਦਾ ਜੂਨੀਅਰ ਸੀਨੀਅਰ ਸਾਰੇ ਅੱਜ ਇਸ ਮੇਲੇ ਦੇ ਸ਼ਾਮਲ ਹੋਣਗੇ ਕਿਹੜਾ ਕਿਹਨੂੰ ਉਠਾਉਂਦਾ ਇਹ ਸਭ ਪਤਾ ਲੱਗ ਜਾਣਾ ਬਾਈ ਸਤਿ ਸ਼੍ਰੀ ਅਕਾਲ ਇਹ ਕਿਹੜਾ ਏਰੀਆ ਵੀਰਾਂ ਨੂੰ ਇਹ ਹੀ ਸੁਣਾ ਵੀ ਜਿਹੜਾ ਬੱਚਾ ਵੀ ਜਿੱਥੋਂ ਇਹ ਹੋਰ ਵੀ ਨਾਗ ਲੈਂਦੇ ਕਿ ਕੀ ਇਹ ਦੋ ਉੱਤੇ ਵਾਪਸ ਲੈ ਕੇ ਕੀ ਉਮਰ ਹੈ ਇਹਨਾਂ ਦੀ ਸਾਡਾ ਵੀ ਖਰਾਬ ਹੋ ਜਾਣਾ ਠੀਕ ਹੈ ਬੱਚੇ ਬਹੁਤ ਦਿਖਾਇਓ ਬਈ ਗਾਣ ਕਰਕੇ ਦੀ ਕਿਰਪਾ ਨਾਲ ਖੀਰੇ ਬੱਚੇ ਨੇ ਸਾਰੇ ਸੋ ਦੇਖ ਲਓ ਦੋਸਤੋ ਇਹਨਾਂ ਦੇ ਵਿੱਚੋਂ ਕੋਈ ਨਾ ਕੋਈ ਚੈਂਪੀਅਨ ਆ ਜਾਣਾ ਤੇ ਤਾਂ ਹੀ ਤੁਹਾਡੇ ਤੱਕ ਪਹੁੰਚਾਉਣੇ ਆ ਕਿ ਤੁਸੀਂ ਡਿਟੇਲ ਜਿਹੜੀ ਉਹ ਸਮਝ ਸਕੋ ਬਾਈ ਸਤਿ ਸ਼੍ਰੀ ਅਕਾਲ ਕਿਹੜੇ ਏਰੀਆ ਦੇ ਟਿਕਰੀਵਾਲ ਦੀ ਬਰਨਾਲਾ ਬਰਨਾਲਾ ਜ਼ਿਲ੍ਹਾ
ਠੀਕ ਹੈ ਵੀਰੇ ਕਿੰਨੇ ਚਿਰ ਦਾ ਹੋ ਗਿਆ ਇਹ ਹੋ ਗਈ 6.5 ਮਹੀਨੇ 6.5 ਮਹੀਨੇ ਦਾ ਹੋਰ ਵੀ ਨਾਗ ਲੈਂਦੇ ਆ ਇੱਕ ਪੱਠ ਲੈਂਦੀ ਸੀ ਠੀਕ ਹੈ ਕਿੰਨਾ ਕੁ ਚਿਰ ਹੋ ਗਿਆ ਬੱਕਰੀਆਂ ਰੱਖਦੇ ਆ ਬੱਕਰੀਆਂ ਨੂੰ 8 ਸਾਲ ਹੋ ਗਏ ਵੀਰੇ 8 ਸਾਲ ਹੋ ਗਏ ਕਿੰਨੇ ਕੁ ਨਾਗ ਹੋ ਗਏ ਘਰੇ ਆਪਣੇ ਕੋਲੇ 25 ਨਾਗ ਆਈ ਠੀਕ ਹੈ 25 ਬੀਟਲੀ ਆ ਜਾਂ ਬਰਬਰੀ ਜਾਂ ਕੁਝ ਨਹੀਂ ਨਹੀਂ ਬੀਟਲੀ ਸਾਰੇ ਬੀਟਲੀ ਹਾਂਜੀ ਠੀਕ ਹੈ ਹੋਰ ਕਿਸੇ ਮੇਲੇ ਤੇ ਗਏ ਹੋ ਆਪਣੀ ਮਲੇਰਕੋਟ ਲੈ ਜਾਂਦੇ ਜੀ ਮਲੇਰਕੋਟ ਲੈ ਜਾਂਦੇ ਠੀਕ ਹੈ ਠੀਕ ਹੈ ਵੀਰੇ ਓਕੇ ਸਤਿ ਸ਼੍ਰੀ ਅਕਾਲ ਬਾਈ ਕਿਹੜੇ ਕਿਹੜੇ ਮੇਲਿਆਂ ਤੇ ਹੋਰ ਹਿੱਸਾ ਲਿਆ ਤੇ ਜਾਂ ਅੱਜ ਪਹਿਲੀ ਵਾਰੀ ਆਇਆ ਪਹਿਲੀ ਵਾਰੀ ਆਇਆ ਪਹਿਲੀ ਵਾਰੀ ਕਿੰਨੇ ਚਿਰ ਦਾ ਹੋ ਗਿਆ ਇਹ ਬੱਚਾ 8 ਮਹੀਨੇ ਦਾ 8 ਮਹੀਨੇ ਦਾ ਬੱਚਾ ਦੋਸਤੋ ਮੜਾ ਅੱਗੇ ਨੂੰ ਕਰ ਲਿਓ ਬਾਈ ਦਿਖਾ ਦੇ ਸਵਾਰ ਕੇ 8 ਮਹੀਨੇ ਦਾ ਬੱਚਾ ਤੇ ਬਹੁਤ ਸੋਹਣੀ ਕੁਆਲਿਟੀ ਆ ਬਾਈ ਘਰ ਦਾ ਬੱਚਾ ਸੀ ਆਪਣਾ ਠੀਕ ਹੈ ਕਿਹੜੇ ਏਰੀਆ ਦੱਸਿਆ ਸੀ ਮੁੱਲਾਪੁਰ ਦਾਖਾ ਮੁੱਲਾਪੁਰ ਦਾਖਾ ਖਾਸ ਹੀ ਠੀਕ ਹੈ ਮੁੱਲਾਪੁਰ ਦਾਖਾ ਤੋਂ ਦੋਸਤੋ ਜਿੱਥੇ ਮੰਡੀ ਵੀ ਲੱਗਦੀ ਹੈ ਮੰਡੀ ਬਹੁਤ ਸੋਹਣੀ ਭਰਦੀ ਆ ਤੇ ਅੱਗੇ ਗੱਲ ਕਰਦੇ ਆ ਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਹੜਾ ਏਰੀਆ ਵੀਰੇ ਰਾੜਾ ਸਾਹਿਬ ਪਿੰਡ ਘਲੋਟੀ ਜੀ ਇਹ ਕਿੰਨਾ ਪੈ ਗਿਆ ਤੁਹਾਨੂੰ ਇੱਥੋਂ ਪੈ ਗਿਆ ਹੋਊਗਾ 150-200 ਕਿਲੋ ਕਿਹੜਾ ਜ਼ਿਲ੍ਹਾ ਪੈ ਜਾਂਦਾ ਲੁਧਿਆਣਾ ਲੁਧਿਆਣਾ ਜ਼ਿਲ੍ਹਾ ਠੀਕ ਹੈ ਬਹੁਤ ਦੂਰ ਦੂਰ ਤੋਂ ਦੋਸਤ ਮਿੱਤਰ ਆਏ ਵੇ ਆ ਬਾਈ ਗਾਣੂ ਕਰਿਓ ਮਾੜਾ ਦਿਖਾ ਦਿਓ ਵੀਡੀਓ ਦੇ ਵਿੱਚ ਬੱਚੇ ਇਹਨਾਂ ਦੇ ਵਿੱਚੋਂ ਕੋਈ ਨਾ ਕੋਈ ਫਸਟ ਸੈਕਿੰਡ ਆ ਜਿਹੜਾ ਥਰਡ ਆਉਣਾ ਜ਼ਿਆਦਾ ਡਿਟੇਲ 'ਚ ਦੋਸਤੋ ਤਾਂ ਨਹੀਂ ਗੱਲਬਾਤ ਕਰਦੇ ਕਿਉਂਕਿ ਜਾਨਵਰ ਬਹੁਤ ਆ ਅਤੇ ਅਸੀਂ ਚਾਹੁੰਦੇ ਹਾਂ ਵੀ ਹਰੇਕ ਦੀ ਡਿਟੇਲ ਤੁਹਾਡੇ ਤੱਕ ਪਹੁੰਚੇ ਤਾਂ ਕਿ ਤੁਹਾਨੂੰ ਤੁਹਾਡੇ ਨੇੜੇ ਚੰਗਾ ਬੱਕਰਾ ਜਿਹੜਾ ਮਿਲ ਸਕੇ ਅਤੇ ਚੰਗੀ ਬਰੀਡ ਤੁਸੀਂ ਤਿਆਰ ਕਰ ਸਕਦੇ ਬਾਪੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਹੜਾ ਏਰੀਆ ਬਾਬੂ ਲੌਂਗੋਵਾਲ ਲੌਂਗੋਵਾਲ ਠੀਕ ਲੋਕਲੀ ਠੀਕ ਆ ਲੋ ਮਿੱਤਰੋ ਘਰ ਦੀ ਮੁਰਗੀ ਦਾਲ ਬਰੋਬਰ ਵਾਲੀ ਗੱਲ ਹੋ ਗਈ ਮਾੜਾ ਦੇਖੋ ਬਾਪੂ ਤਾਂ ਕਰਕੇ ਦਿਖਾ ਦਿਓ ਬੱਚਾ ਦੇਖ ਲਓ ਕਮੇਟੀ ਨੂੰ ਆ ਕੇ ਮਿਲ ਸਕਦਾ ਕੁਆਲਿਟੀ ਤੁਹਾਨੂੰ ਹਰੇਕ ਦਿਖਾਵਾਂਗੇ ਬਾਪੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਹੜਾ ਏਰੀਆ ਜੀ ਜ਼ਿਲ੍ਹਾ ਮਾਨਸਾ ਪਿੰਡ ਕੋੜਾ ਕਲਾ ਜੀ ਇੱਕ ਦੂਜੇ ਬਾਰ ਕਿੰਨਾ ਕਿਲੋਮੀਟਰ ਪੈ ਗਿਆ ਦੇ ਵਿੱਚ ਇਤਰਾਜ ਆ ਇੱਕ ਦੇ ਵਿੱਚ ਹੀ ਰੱਖਿਓ ਵੀਰਵਾਨ ਦੇ ਹੱਥ ਬੰਨ ਕੇ ਕਿੰਨੇ ਚਿਰ ਦਾ ਹੋ ਗਿਆ ਜੀ ਇਹ 8 ਮਹੀਨੇ ਦਾ ਹੋ ਗਿਆ ਠੀਕ ਹੈ ਜੀ 8 ਮਹੀਨੇ ਦਾ ਹੋ ਗਿਆ ਦੋਸਤੋ ਚਿੱਟੀ ਅੱਖ ਦੇ ਵਿੱਚ ਬਹੁਤ ਹੀ ਸੋਹਣਾ ਜੈੱਡ ਬਲੈਕ ਬੱਚਾ ਤੇ ਅੱਗੇ ਗੱਲ ਕਰਦੇ ਬਾਈ ਗਾਂ ਨੂੰ ਲੈ ਇਹੀ ਬੇਨਤੀ ਕਰੀ ਆ ਵੀ ਉਸ ਤੋਂ ਬਾਅਦ ਕਿਸੇ ਦੀ ਕੋਈ ਸੁਣਵਾਈ ਨਹੀਂ ਕਿਹੜਾ ਏਰੀਆ ਬਈ ਫਰਾਸ ਪਿੰਡ ਹੈ ਪਟਿਆਲਾ ਜ਼ਿਲ੍ਹਾ ਜੀ ਪਟਿਆਲਾ ਕਿੰਨਾ ਪੈ ਗਿਆ ਜੱਜਾਂ ਨਾਲ ਆ ਕੇ ਇੱਥੇ ਇਹ 40 ਕਿਲੋਮੀਟਰ ਦੀ 40 ਕਿਲੋਮੀਟਰ ਇਦਾਂ ਦੀ ਆ ਕਿੰਨੇ ਨਾਗਾ ਵੀਰੇ ਹੋਰ ਲੈ ਕੇ ਆਏ ਹੋ ਜਿਹੜੇ ਆਪਾਂ ਨਾਗਾ ਹੈਗੇ ਨੇ ਜੀ 25 ਨਾਗ ਲੈ ਕੇ ਆਏ ਜੀ ਕਿੰਨੇ ਆ ਕਿਹੜੀਆਂ ਕਿਹੜੀਆਂ ਕੈਟਾਗਰੀਆਂ ਦੇ ਵਿੱਚ ਪਾਉਂਦੇ ਕੈਟਾਗਰੀ ਸਾਰੇ ਤਰ੍ਹਾਂ ਦੀ ਕੈਟਾਗਰੀ ਨੇ ਖੀਰਾ ਚ ਵੀ ਨੇ ਦੋ ਦੰਦ ਚ ਵੀ ਨੇ ਚਾਰ ਦੰਦ ਚ ਵੀ ਹੈਗੇ ਨੇ 6 ਦੰਦ ਵੀ ਪਾਵਾਂਗੇ ਪਹਿਲਾਂ ਹੋਰ ਵੀ ਕਿਸੇ ਮੇਲੇ 'ਚ ਭਾਗ ਲਿਆ ਇੱਥੇ ਆਏ ਸੀ ਪਹਿਲਾ ਮੇਲਾ ਨਾ ਦੂਜਾ ਮੇਲਾ ਇਹ ਪਹਿਲਾਂ ਵੀ ਆਏ ਸੀ ਪਹਿਲਾਂ ਵਾਲਾ ਮੇਲਾ ਠੀਕ ਹੈ ਪਹਿਲਾਂ ਕੋਈ ਆਇਆ ਸੀ ਕੰਪੀਟੀਸ਼ਨ ਕੋਈ ਕਿ ਨਹੀਂ ਕੰਪੀਟੀਸ਼ਨ ਜਿੱਦਾਂ ਅਸੀਂ ਤਿਆਰ ਇਤਕੀ ਕਰਕੇ ਲੈ ਕੇ ਆਏ ਅਸ਼ੋ ਉਦੋਂ ਤਿਆਰੀ ਨਹੀਂ ਤਿਆਰੀ ਸੀ ਕਿਉਂਕਿ ਆਏ ਸੀ ਲੌਂਗੋਵਾਲ ਤੋਂ ਮੈਂ ਟ੍ਰੇਨਿੰਗ ਲੈ ਕੇ ਗਿਆ ਸੀ ਠੀਕ ਹੈ ਇਸੇ ਮੇਲੇ ਤੋਂ ਇਸੇ ਮੇਲੇ ਤੋਂ ਟ੍ਰੇਨਿੰਗ ਲੈ ਕੇ ਗਿਆ ਸੀਗਾ ਜੀ ਜਗਦੀਪੁਰਾ ਨੂੰ ਜੀ ਤੇ ਅੱਜ ਉਹਨਾਂ ਔਰ ਸੋ ਦੋਸਤੋ ਇਸੇ ਮੇਲੇ ਦੇ ਵਿੱਚੋਂ ਟ੍ਰੇਨਿੰਗ ਲੈ ਕੇ ਗਿਆ ਸੀ ਬਾਈ ਕਹਿੰਦਾ ਤੇ ਉਸੇ ਮੇਲੇ ਦੀ ਰੰਗ ਦੇ ਵਿੱਚ ਅੱਜ ਕੰਪੀਟੀਸ਼ਨ 'ਚ ਖੜਾ ਟ੍ਰੇਨਿੰਗਾਂ ਦਾ ਮਹੱਤਵਪੂਰਨ ਤੁਸੀਂ ਆਪ ਸਮਝ ਸਕਦੇ ਹੋ ਬਹੁਤ ਮਹੱਤਵਪੂਰਨ ਹੁੰਦੀਆਂ ਟ੍ਰੇਨਿੰਗਾਂ ਤੇ ਐਂ ਟ੍ਰੇਨਿੰਗਾਂ ਤੋਂ ਚੱਲਦੇ ਚੱਲਦੇ ਹੌਲੀ ਹੌਲੀ ਕੰਪੀਟੀਸ਼ਨ ਦਾ ਹਿੱਸਾ ਬਣਦੇ ਨੇ ਬਾਈ ਸਤਿ ਸ਼੍ਰੀ ਅਕਾਲ ਬਾਈ ਕਿਹੜਾ ਏਰੀਆ ਹਾਂਜੀ ਪਰਿਆਸੀ ਇਹ ਕਿੱਥੇ ਰਹਿ ਗਿਆ ਪਟਿਆਲਾ ਜ਼ਿਲ੍ਹਾ ਪਟਿਆਲਾ ਜ਼ਿਲ੍ਹਾ ਠੀਕ ਹੈ ਕਿੰਨੇ ਚਿਰ ਦਾ ਹੋ ਗਿਆ ਬੱਚਾ ਜੀ ਇਹ ਬੱਚਾ 5 ਮਹੀਨੇ ਦਾ ਠੀਕ ਹੈ 5 ਮਹੀਨੇ ਦਾ ਦੋਸਤੋ ਕੁਆਲਿਟੀ ਕੁਆਲਿਟੀ ਚੈੱਕ ਕਰੋ ਕੰਨਾਂ ਦੀ ਬਹੁਤ ਸੋਹਣੀ ਚੀਜ਼ ਆ ਜਿਹੜੀ ਹਰੇਕ ਬਾਈ ਨੇ ਪੂਰਾ ਜ਼ੋਰ ਲਾ ਕੇ ਇਸ ਦਿਨ ਦੇ ਵਾਸਤੇ ਸੰਭਾਲ ਕੇ ਰੱਖੀ ਸੀ ਤੇ ਅੱਜ ਸਾਰਾ ਜਿਹੜਾ ਕਰੀਮ ਉਹ ਇਸ ਥਾਂ ਤੇ ਇਕੱਠੀ ਹੋ ਗਈ ਤੇ ਕਰੀਮ ਦੇ ਵਿੱਚ ਹੁਣ ਕੀ ਨਿਕਲ ਕੇ ਆਉਂਦਾ ਉਹ SR ਗੋਡ ਫਾਰਮ ਵਾਲਾ ਨਹੀਂ ਦੱਸਣਾ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਪੂ ਕਿੰਨੇ ਚਿਰ ਦਾ ਹੋ ਗਿਆ 6.5 ਮਹੀਨੇ ਦਾ ਜੀ ਠੀਕ ਆ 6.5 ਮਹੀਨੇ ਦਾ ਹੋ ਗਿਆ ਦੋਸਤੋ ਬਾਈ ਲਿਆਈ ਅੱਗੇ ਨੂੰ ਲਿਆਈ ਬਾਈ ਬਹੁਤ ਸੋਹਣੀ ਕੁਆਲਿਟੀ ਆ ਦੋਸਤੋ ਜੈੱਡ ਬਲੈਕ ਦੇ ਵਿੱਚ ਆ ਤੇ ਸਾਰੇ ਚੜ੍ਹਦੇ ਤੋਂ ਚੜ੍ਹਦੇ ਆ ਦੇਖਦੇ ਹੁਣ ਇਹਨਾਂ ਦੇ ਵਿੱਚ ਬਾਪੂ ਕਿਹੜਾ ਪਿੰਡ ਦੱਸਿਆ ਸੀ ਅੰਧੇਰ ਪਿੰਡ ਆ ਜੀ ਅੰਧੇਰ ਅੰਧੇਰ ਵੀ ਮੰਡੀ ਲੱਗਦੀ ਹੈ ਠੀਕ ਆ ਕਿੰਨੇ ਕੁ ਨਾਗ ਆ ਬਾਪੂ ਘਰੇ ਆਪਣਾ ਆਪਣਾ 5-6 ਨਾਗ ਨੇ ਠੀਕ ਆ ਕਿੰਨਾ ਕੁ ਚਿਰ ਹੋ ਗਿਆ ਇਸ ਕੰਮ ਦੇ ਵਿੱਚ ਮੈਨੂੰ ਹੋ ਗਏ 7-8 ਸਾਲ ਦੇ ਕੰਮ ਸ਼ੌਂਕ ਨਹੀਂ ਰੱਖਦਾ ਇੱਕ ਦੋ ਹੀ ਰੱਖਦਾ ਅੱਛਾ ਸ਼ੌਂਕ ਨਾਲ ਹੀ ਚੰਗੀ ਚੀਜ਼ ਰੱਖਣ ਦਾ ਸ਼ੌਂਕ ਰੱਖੀ ਜੀ ਚੰਗੀ ਚਲੋ ਬਹੁਤ ਵਧੀਆ ਗੱਲ ਹੈ ਬੱਕਰੀ 70,000 ਰੁਪਏ ਦੀ ਅੱਛਾ ਜੀ ਕਿਹੜੇ ਥਾਂ ਗਈ ਸੀ ਉਹ ਸਾਡੇ ਪਿੰਡ ਹੀ ਹੈ ਜੀ ਪਿੰਡ ਹੀ ਲੈ ਗਏ ਠੀਕ ਆ ਤੇ ਉਹ ਤੁਸੀਂ ਬੱਚਾ ਰੱਖਿਆ ਸੀ ਜਾਂ ਬੱਕਰੀ ਲਈ ਸੀ ਭਾਈ ਜੀ ਬੱਕਰੀ ਪੱਠ ਲਈ ਸੀ ਲੈ ਲਓ ਠੀਕ ਹੈ 11,000 ਦੀ ਛੋਟੀ ਪੱਠ ਲਈ ਨਿਕਲ ਜੀਦਾ ਹੈ ਨਹੀਂ ਅੰਦਰੋਂ ਸੋ ਦੋਸਤੋ 11,000 ਦੀ ਪੱਠ ਲੈ ਕੇ ਬਾਪੂ ਨੇ 70,000 ਦੀ ਬੱਕਰੀ ਵੇਚੀ ਤੇ ਕਮਾਲ ਦੀ ਗੱਲਾਂ ਮਤਲਬ ਲੱਖਾਂ ਦੀ ਖੇਡ ਆ ਬੈਗ ਲਾ ਕੇ ਆਉਂਦੇ ਹੋ ਗੱਡੀ ਆ ਮੈਟ ਲਾ ਕੇ ਅਕਸਰ ਤੁਸੀਂ ਕਲਾਕਾਰ ਜਾਂ ਵੱਡੇ ਲੀਡਰ ਆਉਂਦੇ ਵੇਖੇ ਹੋਣਗੇ ਪਰ ਇਹ ਮੈਟਾਂ ਤੇ ਬੱਕਰੀਆਂ ਖੜੀਆਂ ਤੁਸੀਂ ਬਹੁਤ ਘੱਟ ਦੇਖੀਆਂ ਹੋਣਗੀਆਂ ਨਾਮ ਹੈ ਜਿਹੜਾ ਮੈਂ ਬੱਕਰੀਆਂ ਦਾ ਬੋਲ ਪਾਇਆ ਵੀ ਜਿਹੜਾ
वॉशिंग मशीन जित के लेके गए थे। अच्छा पहला की लगता है ऐतकी फिर बेड। हां जी हां जी बहुत बहुत मुबारक है दोस्तों। दो मशीनें जित के लेके थे जी पहला। ठीक है वॉशिंग मशीन चवाई च। अच्छा चवाई च। चवाई च हां जी। ठीक है हां जी गंडवा तो। हां ते और किसी मेले ते लोंगोवाल तो बिना भी किसी मेले ते पाया सी। हां जी फूले वाले गए थे। अच्छा जाने आ जी। हां मेले दा तकरीबन हरेक ते जाने आ। ठीक चले जाई दे। बहुत बहुत धन्यवाद संदीप रे। लो भी दोस्तों अगे जेड़े बंदे नाल मैं थनु मनाउन जा रिया ना कोई माड़ी मोटी चीज नहीं ते बकरा भी देखो ते क्वालिटी देखो ते गुरु दी फौज दीआं गल्लां बातां वखरियां होणगीआं। वाहिगुरु जी का खालसा जी वाहिगुरु जी की फतेह। फतेह जी बापू जी सब तो पहलां तां दोस्तों मुल्लापुर मंडी दे भी ओनर आ ते बहुत महान शख्सियत ते गल्लां बातां बहुत सोहणियां होणगीआं। बापू जी अगे कर लिओ माड़ा जिहा देखो किन्ने चिर दा हो गया जी। ये साढ़े अठ महीने का जी। ठीक है साढ़े अठ महीने का। बहुत सोहणा हैटा जी। ठीक है आ चीज बड़ी सोहणी तैयार करवाई है। मैं अजे तक नहीं देखी है जी। आप कीती है? आप ही करिया शौक है। अच्छा जानवर पालन का शौक है ते इहदा जिहड़ा शिंगार आ ओह भी असीं आप तैयार कीता जो ये झुल्ली वगैरा सारा कुछ आप। ठीक है इहदा नाम भी शिवा जी। इटली स्कट फार्मर दा घोड़ा है चैंपियन इंडिया दा चैंपियन घोड़ा शिवा। ठीक है ते इहदा नाम भी शिवा। इहनूं मंडी तों बाहर कढ दिओ इत्थे हाक मारूंगा बाहरों मेरे कोल। बहुत वधिया। ठीक है जी पूरे शौक तक जे कन्ना आवाज पौगी उत्थों भज आऊगा इहने भी आउणा नहीं। ठीक है बाबा पूरे शौक नाल पालिया गया। हां जी शौक नाल पालिया जी। इहदा बाप भी चैंपियन रहा चार मेलियां दा लौंगोवाल दा भी चैंपियन सीगा फुलेवाल दा भी रहकोट दा भी ते जांगपुर पिंड दा। ठीक है चारा मेलियां दा चैंपियन सीगा ओह चार दंद ओहदी 45 इंच हाइट सी। ओह चढ़ाई कर गया जी अटैक आ गया सी ओहनूं। अच्छा जी ते इहदी मां भी चैंपियन आ जी। इहदे दोने मां-बाप चैंपियन रहे आ मेलियां दे। इहदी मां दी लक टुट गई सीगी इस करके मेले च नहीं लियाए। जेड़ी इहदी मां आ जी लोकां दे बकरियां जिड्डा पंच आ ओहदा जिहड़ा नक नकोड़ा मक्की दा बकरी वाला इसे करके इहदा जिहड़ा जम्मदे दे मूंह इसे तरह बणता रहे। ठीक है क्वालिटी बहुत सोहनी है दोस्तों तुसीं चैक कीता ते ओह गल्लां बातां तुहानूं तां सुणाउणे आ ताकि आउण वाले टाइमां दे विच तुसीं जे वीडियो देख रहे हो जां तुसीं इह सोच रहे हां कि असीं बकरी पालन नूं शुरू करना ते बकरी पालन नूं शुरू करके चंगी नॉलेज लै के आह चीज़ां जे तुसीं तैयार करनी आ तुसीं देखो अठ महीनियां दे विच बच्चा जिहड़ा क्वालिटी वेखो कन्ना कुन्ना दी क्वालिटी ते इह चीज़ां तैयार करनियां खास करके तुहानूं ट्रेनिंग लैणी आ ते खुराक बारे सारी डिटेल ते की क्वालिटी है जेड़ी ओ सामने आऊगी पूरी घैंट गलबात सारी हुंदी रहनी है। भाई सत श्री अकाल। केड़ा एरिया वाले? पट्टा पिंडा भाई उत्थे पहला खड़े थी। अच्छा उधर खड़े सीगे भाई ना हो गई सी गलबात वीडियो दे विच। बाबू जी सत श्री अकाल जी। केड़ा एरिया अपना जी? अपना भी बड्डी खड़ी है मेरे शेरपुर वाले। ठीक है ते आ करयो बकरा गांव वाले दे साहिब। ठीक है बहुत धन्यवाद निक्का। किन्ने किन्ने चरदे है दोवें जी? जय जवान जय किसान भंडारा सुनते रहने दोवें चीजा एक मिल गई अपन बाई फौजी भी आसानी भी होगी बकरी पालन का किता बहुत सोहने तरीके कर रहे हैं। बाई कि लग्या धंधा कि वधिया खेती बाड़ी कर अजकल दे नौजवान मुंडे आ जिहड़े ते ओह पहलां गल्लां होर हुंदियां जे पहलां आपां कह दईए पहलां मेहना भी इह वजदा हुंदा जे बच्चा नहीं पढ़दा तां आपां कह दईए तैनूं दो बकरियां लै दूंगा तुरिया फिरी। हुण ओह गल नहीं रहेगी वीर। हुण तां फील्ड ते पाए ने आपां अगला चार जणा वीर नूं। हां इह तां ब्रीड तैयार करनी है। ब्रीड तैयार करनी है बहुत सोहणी गल्लबात आ दोस्तो। ते तां ही इहनां भाईआं दे नाल तुहाडे नाल गल्लबात कराउणे आ कि ग्राउंड लैवल ते रिव्यू जिहड़े आपां नूं मिलणे आ कौन की करदा की खुराक पाउंदा की गल्लां बातां हुंदियां। भाई सति श्री अकाल जी। सति श्री अकाल। केड़ा एरिया वीर? कोई ना कोई बच्चा हो चैंपियन निकले गल बात पता पुछण दा कारण यही हुंदा कि तुसीं आपदे नेड़े इक चंगा ब्रीडर जिहड़ा ओह लभ के ते आपदे फार्म दे विच चंगी क्वालिटी पैदा कर सको। भाई सति श्री अकाल। सति श्री अकाल। केड़ा एरिया वीर? मेरे लौंगोवाल लोकल ही हूं। ਕਿੰਨਾ ਚਿਰ ਦਾ ਬੱਚਾ ਹੈ? 8 ਮਹੀਨੇ ਦਾ ਬਈ। 8 ਮਹੀਨੇ ਦਾ ਹੋ ਗਿਆ। ਪਹਿਲਾਂ ਵੀ ਪਾਇਆ ਕਿਸੇ ਕੰਪੀਟੀਸ਼ਨ ਚ? ਨਹੀਂ ਪਹਿਲਾਂ ਨਹੀਂ। ਪਹਿਲੀ ਵਾਰੀ ਪਾਇਆ? ਪਹਿਲੀ ਵਾਰੀ। ਕੀ ਲੱਗਦਾ ਬਈ ਅੱਜ ਫਿਰ? ਵਧੀਆ ਲੱਗਦਾ। ਲੱਗੂ ਮੁਕਾਬਲੇ ਚ? ਹਾਂ ਹਾਂ। ਬਹੁਤ ਵਧੀਆ ਗੱਲ ਆ। ਵਿਸ਼ਵਾਸ ਹੁੰਦਾ ਆਪਦੀ ਚੀਜ਼ ਤੇ ਆਪਦੀ ਸੰਭਾਲ ਤੇ ਵਿਸ਼ਵਾਸ ਹੁੰਦਾ ਤੇ ਚਾਹੀਦਾ ਵੀ ਆ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿਹੜਾ ਏਰੀਆ ਵੀਰੇ? ਖੰਨਾ ਏਰੀਆ। ਖੰਨਾ। ਠੀਕ ਆ ਤੇ ਕਿੰਨੇ ਚਿਰ ਦਾ ਹੋ ਗਿਆ ਬੱਚਾ ਬਈ?
बच्चा हो गया दोस्तों क्वालिटी चेक करो ये वजनी मुकाबले प्लस मुकाबला चल रहा उम्मीद कर जित के आ बहुत सोहनी क्वालिटी किन्नी उम्र हो गई 8 महीने का दोस्तों बच्चा सारे बच्चे की क्वालिटी देखो चेक सत श्रीकाल बी जी केड़ा एरिया बी रोहपुर जिला जी रोहपुर जिला लो मित्रों साढ़े जिले दे आ गए बई मुक्तसर जिला फिरोजपुर हो गया नाल लगते फरीदकोट जिले जो आप जिले का कहें होंगे ना बंदा टक्कर जो स्वाद ही वखरा होंगे क्वालिटी चेक करो लै भी मुक्तसर फिरोजपुर वाले चीज चेक कर लो अपने एरिया च बहुत घट आ सही सही थोड़ा मैं दसा भी जे इतने आप चेक करिए ना मैं लगता मुक्तसर मलोड़ से फिरोजपुर फरीदकोट के बहुत घट बंदे हो आ एरिया जो क्वालिटी बहुत चंगा बी पहला तो धन्यवाद है भी तुम उस एरिए चो आए अं भी चाहते हैं कि साढ़े एरिए चंगी क्वालिटी जी पैदा हो किन्ने चिर का बच्चा भाई 9वां महीने का बच्चा नौवां महीने का बच्चा तो भाई मैं ये दस्यो कि इस चीज का शौक किवें पिया ते किन्ने क नागा घरे तुहाडे कोल ये बचपन तो ही शौक है जी 25 बकरियां मेरे कोल 25 बकरियां बाहर चार के लेओने हां जी हां जी सारा काम आपदा हाथी करदे हां जी हां जी हां जी आपदा हाथी काम करदे हां प्रॉपर काम करदे ठीक है हां असि तीन बंदे हां असि काम ठीक है भाई दी इंटरव्यू लवांगे आपा भाई दा फार्म भी दिखावांगे तुहानू ते भाई इह किन्नी उम्र दा क्या 9वां महीने दा 9वां महीने हां देखते हैं बई के आउंदा के नहीं पहले दूजे नंबर ते कंपीटीशन च हिस्सा लेना भाग लेना बहुत वड्डी गल हुंदी है इस रैंक दे विच खड़ना भी कोई माड़ी मोटी गल नहीं ते गलबात जिहड़ी उह आपां तकरीबन कीती है करी सारे बच्चे दिखा दी ते बहुत सोहणे चीज आ ते बहुत घैंट क्वालिटियां जिहड़ियां उह बई हरी लैके आए आ चेक करो माड़ी क्वालिटी देखो सिंग फसणगे कुंडियां दे मेहनत कीतियां नस्लां जिहड़ियां पालियां ते उह टाइम सीगा जदों कहिंदे हुंदे सी बकरियां वाले मन के चल जे किसी जवाक नूं भी कह देना ना भी नहीं पढ़ता तो तैनूं बकरियां लै देंगे जा तुरिया फिरी हुण उह तुरन फिरन वाली गल है नहीं लीडर वांगू मैट विछे वे ते मैट ते मुकाबला चली जांदा बैड कूलर ते कबड्डी च जिवें रेडां ते लगदे सी ना ऐ पहले दूजे नंबर वालियां ते ऐतकी पैसे लगदे आ सो बई सत श्री अकाल जी सत श्री अकाल बई जी ते बई अपना किन्ने चिर दा बच्चा है इह 8 महीने दा बच्चा बई जी 8 महीने दा बच्चा हां जी बहुत सोहणी क्वालिटी है वीरे ਇਹ ਘਰ ਦਾ ਪਾਲਿਆ ਵੇ ਹਾਂਜੀ ਘਰ ਦਾ ਪਾਲਿਆ ਕਿੰਨੇ ਕ ਨਾਗਾ ਘਰੇ ਹੋਰ ਹੈਗੇ ਜੀ 10 15 ਨਾਗਾ 10 15 ਨਾਗਾ ਅੱਜ ਕਿੰਨੇ ਕ ਲੈ ਕੇ ਆਏ ਇੱਕ ਲੈ ਕੇ ਆਏ ਜੀ ਕੱਲੇ ਪਹਿਲਾ ਹੀ ਹੈ ਪਹਿਲਾ ਹੀ ਮੁਕਾਬਲਾ ਪਹਿਲੀ ਮੁਕਾਬਲਾ ਜੀ ਲੋ ਮਿੱਤਰੋ ਪਹਿਲਾ ਹੀ ਮੁਕਾਬਲਾ ਤੇ ਬੈਸਟ ਆਫ ਲੱਕ ਬਈ ਸਾਡੇ ਨੂੰ ਉਮੀਦ ਕਰਦੇ ਆਂ ਵੀ ਤੁਸੀਂ ਜਿੱਤ ਕੇ ਜਾਓ ਤੇ ਹਰੇਕ ਜਿੱਤਣ ਵਾਸਤੇ ਆਉਂਦਾ ਤੇ ਇਸ ਰੈਂਕ 'ਚ ਖੜਨਾ ਵੀ ਬਹੁਤ ਵੱਡੀ ਗੱਲ ਆ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਕਿਹੜਾ ਏਰੀਆ ਬਈ ਦਿਆਲਪੁਰ ਵੀਰੇ ਬ੍ਰਿਟਿਆਂ ਕੋਲ ਦਿਆਲਪੁਰ ਕਿੰਨਾ ਕਿਲੋਮੀਟਰ ਪੈ ਗਿਆ ਇੱਥੋਂ ਵੀਰੇ 60-65 ਕਿਲੋਮੀਟਰ 60-65 ਕਿਲੋਮੀਟਰ ਤੇ ਇਹ ਕੁਆਲਿਟੀ ਵੀਰੇ ਕਿੰਨੇ ਚਿਰ ਦਾ ਹੋ ਗਿਆ ਬੱਚਾ ਵੀਰੇ 6 ਮਹੀਨੇ ਘਰ ਦਾ ਬੱਚਾ ਆ ਘਰ ਦਾ ਬੱਚਾ ਘਰੇ ਕਿੰਨੇ ਕਿਨਾ ਹੈਗਾ ਹੋਰ ਘਰੇ ਹੈਗੇ ਆਪਣੇ 5-6 ਨਾਲ 5-6 ਬਹੁਤ ਸੋਹਣੀ ਗੱਲ ਹੈ ਸੋ ਦੋਸਤੋ ਇਹ ਕੁਆਲਿਟੀ ਹੈ ਵੀਰ ਨਾ ਸੰਦੀਪ ਨੂੰ ਆਪਣਾ ਨਾਮ ਦੱਸ ਦਿਓ ਕਿਹੜੇ ਕਿਹੜੇ ਚੈਨਲ ਪਹੁੰਚੇ ਹੋਏ ਨੇ ਕਿਹੜਾ ਏਰੀਆ ਆਪਣਾ ਫਤਿਹਗੜ੍ਹ ਪੰਜਗਰੇ ਪਿੰਡ ਵੀਰੇ ਮੇਰੇ ਕੋਲ ਜਿੰਨੇ ਵੀ ਚੈਨਲ ਪਹੁੰਚੇ ਹੋਏ ਆਪਣਾ ਨਾਮ ਦਿਖਾ ਦੋਗੇ ਇਹ ਨਾਲ ਨਾਲ ਜੱਜਮੈਂਟ ਚੱਲ ਰਹੀ ਹੈ ਅਸੀਂ ਚਾਹੁੰਦੇ ਆ ਕਿ ਜੱਜਮੈਂਟ ਚ ਬਾਈਆਂ ਨੂੰ ਡਿਸਟਰਬ ਨਾ ਕੀਤਾ ਜਾਵੇ ਤੇ ਦੋਸਤਾਂ ਮਿੱਤਰਾਂ ਨੂੰ ਬੇਨਤੀ ਹੈ ਕਿ ਬਣੇ ਰਹੋ ਵੀਡੀਓ ਦੇ ਨਾਲ ਠੀਕ ਹੈ ਜੀ ਤਾਂ ਸਭ ਤੋਂ ਪਹਿਲਾਂ ਆ ਜੀ 60 ਨੰਬਰ 60 ਨੰਬਰ ਬਾਈ ਪਰਚੀਆਂ ਵੇਖ ਲਓ ਆਪਣੀਆਂ ਪਰਚੀਆਂ ਯਾਰ ਕਾਰਡ ਦੇ ਨਾਲ ਖੜਾਗਾ ਪਰਚੀ ਨੰਬਰ 60 ਇੱਧਰ ਲਿਓ ਤੁਸੀਂ ਇੱਧਰ ਲੈ ਜਾਓ ਜੀ ਬੱਕਰੀ ਸਾਰੀ ਕੋਈ ਚੈੱਕ ਕਰਾਂਗੇ 197
लो जी एक करी हाल चाल हो गई है, 197 हो जल्दी हो जी, बकरे आगे पीछे कराते हैं। 114 नंबर दूजे राउंड दा है मुकाबला, दूजे राउंड ते हुण देखदे आं आपां वी की हाल चाल हुंदी है ते केड़ा जानवर जिहड़ा ओह निकल के आउंदा। इन्हां नूं इक वारी इक साइड ते कीता जा रिहा सारिआं नूं, बेनती है भाई कंपाइन जा रही है, ਕੋਈ ਕੰਪਾਈਨ ਵਾਲੇ ਵੀਰ ਇੱਕ ਮਿੰਟ ਹਾਰਨ ਤੋਂ ਹੱਥ ਚੱਕੇਗਾ ਮੇਰੇ ਸੁਣੂਗਾ ਕਿਸੇ ਨੂੰ। 86 ਨੰਬਰ 86 ਜੀ ਉਹ ਬਈ 306 ਗੱਡੀਆਂ ਇੱਕ ਮਿੰਟ ਵੀਰੇ 138 171 ਜਿਆਦਾਰ ਸਾਹਿਬ ਜੀ ਰੋਡ ਤੇ ਜਾਇਓ ਮੜਾ ਆ 171 ਆ ਗਏ ਜੀ। ਕਮੇਟੀ ਮੈਂਬਰ ਜਿਆਦਾਰ ਸਾਹਿਬ ਨੂੰ ਬੇਨਤੀ ਆ ਮੇਰੀ ਕੰਪਾਈਨ ਲੰਘ ਰਹੀ ਆ ਸਾਈਡ ਤੇ ਗੱਡੀਆਂ ਕਰਾਓ। 59 ਨੰਬਰ 304 78 304 ਤੇ 78 ਨੰਬਰ 47 136 318 ਠੀਕ ਹੈ ਜੀ। ਤੇ ਬਾਕੀ ਜਿਹੜੇ ਰਹਿ ਗਏ ਭਾਈ ਜੀ ਬੇਨਤੀ ਹੈ ਦੇਖੋ ਹਾਂਜੀ ਜਲਦਾਰ ਸਾਹਿਬ ਦਾ ਰੋਡ ਤੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ। 318 ਉਹਦਾ ਕਿੰਨਾ ਹੈਗਾ 197 आ गए 114 57 नंबर 57 नंबर आ गया 128 नंबर जी 152 48 हाँ जी आ गया 170 हाँ जी 86 नंबर 86 306 86 ਦੇ ਨਾਲ ਲਾਓ ਜੀ 306 ਨੰਬਰ ਥੋੜਾ 86 ਹੈ ਜੀ ਠੀਕ ਹੈ 306 ਆ ਗਿਆ 138 ਲਾਓ ਜੀ 171 58 304 78 47 ਨੰਬਰ ਫੜ ਲਓ ਜੀ ਫੜ ਲਓ ਪੱਠ ਨੂੰ ਸੱਟ ਖਾ ਲਓ ਫੜ ਲਓ ਵੀਰੇ ਥੋੜਾ ਟਾਈਮ ਛੱਡ ਕੇ ਫੜ ਲਿਆ ਕਰੋ 304 ਆ ਗਿਆ 78 ਨੰਬਰ ਕੌਣ ਹੈ ਠੀਕ ਹੈ ਤੁਸੀਂ ਨੇ ਵੀ ਇਹ ਸੀ ਦਿਨ ਤੇ ਹੀ ਲਾਉਣੀ ਤੁਸੀਂ ਇੱਥੋਂ ਖੁਸ਼ ਹੋ ਕੇ ਪੂਰਾ ਜਾਣਾ ਕਿ ਮੋਟੀਵੇਟ ਹੋ ਕੇ ਜਾਣਾ ਵੀ ਹਾਂ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਹੋਰ ਵੀ ਵਧੀਆ ਚੀਜ਼ਾਂ ਨੂੰ ਤਿਆਰ ਕਰਕੇ ਲੈ ਕੇ ਆਵਾਂਗੇ ਤਾਂ ਇਹਦੇ ਵਿੱਚ ਆਪਾਂ ਤਿੰਨ ਪੋਜੀਸ਼ਨਾਂ ਜਿਹੜੀਆਂ ਕੱਢਾਂਗੇ ਉਹਦਾ ਫਸਟ ਸੈਕਿੰਡ ਥਰਡ ਹੈ ਜੀ ਲੇਕਿਨ ਬੱਚੇ ਸਾਰੇ ਬਹੁਤ ਸੋਹਣੇ ਸੀਗੇ ਤੇ ਦੋ ਸਾਨੂੰ ਸੁਨੱਖਪਣੇ ਦੇ ਵਿੱਚ ਅਲੱਗ ਤੋਂ ਰੱਖੇ ਹੋਏ ਸੀ ਜੀ ਠੀਕ ਹੈ ਉਹ ਫਸਟ ਸੈਕਿੰਡ ਥਰਡ ਨਹੀਂ ਹੈਗੇ ਲੇਕਿਨ ਸੁਨੱਖਪਣੇ ਵਿੱਚ ਆਪਾਂ ਉਹ ਕਹਿ ਸਕਦੇ ਹਾਂ ਤਾਂ ਸਭ ਤੋਂ ਪਹਿਲਾਂ ਸੁਨੱਖਪੁਣੇ ਜਿਹੜੇ ਦੋ ਬੱਚੇ ਜੀ ਉਹ ਇਧਰਲੇ ਪਾਸੇ ਸਾਈਡ ਤੇ ਲਿਆਇਓ ਮੈਂ ਨਾਮ ਅਨਾਉਂਸ ਕਰੂੰਗਾ ਫਿਰ ਆਪਾਂ ਜਿਹੜੇ 20 ਤੋਂ 30 ਕਿਲੋ ਦੇ ਵਿੱਚ ਖੀਰੀਆਂ ਪੱਠਾ ਦੇ ਬੱਕਰੇ ਸੀਗੇ ਉਹਨਾਂ ਦੇ ਵੀ ਵਰਤੀਆਂ ਅਨਾਉਂਸ ਕਰੂੰਗਾ ਉਹ ਵੀ ਆਪਣੇ ਜਾਨਵਰ ਜਿਹੜੇ ਕੱਢੇ ਆਪਾਂ ਉਹ ਵੀ ਰਿੰਗ ਦੇ ਵਿੱਚ ਲੈ ਕੇ ਆਉਣ ਤਾਂ ਆਪਾਂ ਇਕੱਠੇ ਨਾਮ ਸਾਰਿਆਂ ਨੂੰ ਦੇ ਦਾਂਗੇ ਤਾਂ ਸਭ ਤੋਂ ਪਹਿਲਾਂ ਹੈਗਾ ਜੀ 318 ਨੰਬਰ ਤੇ 47 ਨੰਬਰ ਇਹ ਬੱਚੇ ਆਪਾਂ ਦੋ ਸੁਨੱਖਪੁਣੇ ਦੇ ਵਿੱਚ ਕੱਢੇ ਹੋਏ ਆ ਇਧਰਲੇ ਪਾਸੇ ਲਿਆਓ ਜੀ 318 ਤੇ 47 ਨੰਬਰ ਇੱਧਰ ਲਿਆਓ ਜੀ ਇਹ ਸੁਨੱਖ ਬਣੇ ਦੇ ਵਿੱਚ ਆਪਾਂ ਬੱਚੇ ਕੱਢੇ ਆ ਜੀ ਉਸ ਤੋਂ ਬਾਅਦ ਥਰਡ ਪੋਜੀਸ਼ਨ ਹੈ ਜਿਹੜੀ ਜੀ ਥਰਡ ਜੋ ਪਹਿਲਾ ਬੱਚਾ ਆਏਗਾ 304 ਨੰਬਰ ਜੀ 304 ਨੰਬਰ ਜੀ ਥਰਡ ਪੋਜੀਸ਼ਨ ਬੱਚੇ ਦੀ ਹੈ ਜੀ ਸੈਂਟ ਤੇ ਉੱਪਰ ਲਿਆਓ ਜੀ ਸੈਂਕਿੰਡ ਆ ਗਿਆ ਜੀ 128 ਨੰਬਰ ਇਹ ਸੈਕਿੰਡ ਪੋਜੀਸ਼ਨ ਹੈ ਜੀ ਔਰ ਫਾਸਟ ਆ ਗਿਆ ਜੀ 170 ਨੰਬਰ
मुला पर मंडी आले मार के बाजी 170 नंबर बाबे नु बहुत बहुत बधाईया हेलो रिंग दे बाहर जिहड़े वीर खड़े ने उन्हां नूं भी देखण दो भाई बन के बाकी बधाई जाने जानवर लेके लत टूटी वाली बकरी तकरीबन दूजे राउंड नंबर पर वो भी बकरा इहदा भरा है जी 9 नंबर फीमेल बहुत बहुत मुबारकां जी 9 नंबर फीमेल से रंग दे विच ले आओ और ये फर्स्ट हैगी है जी 123 नंबर साइड ते हो जो बकरे दा गेड़ा लवाणगे बाबा जी सारी 123 नंबर जी फीमेल बाबा जी इधर ले आओ जी भाई पट्ठा इधर ले आओ रंग दे विच इधर ले आओ इधर ले आओ पंजे बाबा जी रुक जाओ एक मिनट रुक जाओ बाबा जी पंजे जानवर लेके आओ वीरे फर्स्ट सेकंड थर्ड मूरे फर्स्ट सेकंड जिवे जिवे बच्चे आए ने भाई उवे उवे लाइन च ला लो नंबर ग्राउंड का गेड़ा लवाया जाऊगा भी 123 नंबर फीमेल 9 123 नंबर भी लिया एक भाई जरूर जरूर ਬਾਬਾ ਜੀ ਇੱਕ ਦੱਸੋ ਵੀ ਕਿਹੜੀ ਜਗ੍ਹਾ ਤੋਂ ਆਪਾਂ ਕਿੱਥੋਂ ਟੈਨਰ ਵਾਲਿਆਂ ਨੂੰ ਜ਼ਰੂਰ ਇੱਕ ਵਾਰੀ ਕਿਹੜੇ ਪਿੰਡ ਤੋਂ ਬਾਬਾ ਜੀ ਦੱਸੋ ਜੀ ਪਹਿਲਾਂ ਤਾਂ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਬਾਈ ਇੱਧਰ ਨਾਲ ਲਾ ਲੌਂਗੋਵਾਲ ਰੰਡਾਵਾ ਫੀਡ ਵਾਲੇ ਰੰਡਾਵਾ ਗੋਟ ਫਾਰਮ ਵਾਲੇ ਸੋਨੋ ਗੋਟ ਫਾਰਮ ਹੋਰ ਜਿੰਨੇ ਵੀ ਮੇਰੇ ਸਤਿਕਾਰਯੋਗ ਵੀਰ ਨੇ ਛੇਰੂ ਵੀਰ ਪਾਲੀ ਵੀਰ ਤੇ ਵਪਾਰੀ ਵੀਰ ਤੇ ਜਿਹੜੇ ਜੱਜਮੈਂਟ ਕਰਨ ਵਾਲੇ ਵੀਰ ਨੇ ਉਹਨਾਂ ਨੂੰ ਮੈਂ ਪਹਿਲੀ ਵਾਰ ਦੇਖਿਆ ਕਈ ਵਾਰ ਕੀ ਹੁੰਦਾ ਜੀ ਸਾਰੋ ਪੀਪੀ ਦੇ ਨਾਲ ਲੈਂਦੇ ਜੀ ਜੱਜਮੈਂਟ ਵਾਲੇ ਨੂੰ ਜਾਣਦੇ ਨਹੀਂ ਮੈਂ ਇਸ ਕਰਕੇ ਵਧਾਈ ਦਿੰਦਾ ਇਹ ਇੱਕੋ ਇੱਕ ਬੰਦ ਕਮੇਟੀ ਨੂੰ ਕਿ ਤੁਸੀਂ ਮੇਰਾ ਖਿਆਲ ਹੈ ਵੀ ਇਹ ਸ਼ਾਇਦ ਵੀਰ ਹਰਿਆਣੇ ਤੋਂ ਜੀ ਕਿੱਥੋਂ ਨੇ ਬਹੁਤ ਚੰਗੀ ਗੱਲ ਹੈ ਹਰਿਆਣੇ ਤੋਂ ਆ ਕੇ ਉਹਨਾਂ ਨੇ ਜੱਜਮੈਂਟ ਕੀਤੀ ਮੇਰਾ ਖਿਆਲ ਹੈ ਪੰਜਾਬ ਦੇ ਥੋੜੇ ਪਾਲੀਆਂ ਨੂੰ ਜਾਣਦੇ ਹੋਣਗੇ ਇਹ ਵੀ ਇੱਕ ਵਧੀਆ ਢੰਗ ਤਰੀਕਾ ਵਾ ਨਿਵੇਸ਼ ਕਰਾਉਣ ਦਾ ਤੇ ਆਪਣੀ ਜਿਹੜੀ ਹੈਗੀ ਜੱਜਮੈਂਟ ਕਰਨ ਦਾ ਸਾਡਾ ਪਿੰਡ ਹੈਗਾ ਜੀ ਮੁੱਲਾਪੁਰ ਜ਼ਿਲ੍ਹਾ ਲੁਧਿਆਣਾ ਅਸੀਂ ਮੰਡੀ ਵੀ ਲਾਉਂਦੇ ਆ ਹਰ ਸ਼ਨੀਵਾਰ ਨੂੰ ਮੁੱਲਾਪੁਰ ਮੰਡੀ ਲੱਗਦੀ ਆ ਬੱਕਰਿਆਂ ਦੀ ਤੇ ਉੱਥੇ ਵੀ ਪਹੁੰਚੋ ਤੇ ਜਿਹੜੀ ਇਹ ਮੰਡੀ ਆ ਇਹ ਵੀ ਲੱਗਦੀ ਆ ਤੇ ਇੱਥੇ ਵੀ ਆਪਾਂ ਪਹੁੰਚਦੇ ਆ ਤੇ ਇੱਥੇ ਆਏ ਆ ਬੜੀ ਖੁਸ਼ੀ ਮਹਿਸੂਸ ਕੀਤੀ ਆ ਪਿਛਲੇ ਸਾਲ ਕਮੇਟੀ ਗਈ ਸਾਡੇ ਕੋਲ ਪਰ ਕੁਝ ਰਿਹਾ ਕਰਕੇ ਨਹੀਂ ਆ ਹੋਇਆ ਪਰ ਇਸ ਵਾਰ ਅਸੀਂ ਵੀਰਾਂ ਨੂੰ ਕਹਿਤਾ ਸੀ ਵੀ ਐਂਟੀ ਜਾਨਵਰ ਵੀ ਲਿਆਵਾਂਗੇ ਤੇ ਅਸੀਂ ਇੱਕ ਕਿਹਾ ਸੀਗਾ ਅਸੀਂ ਘੱਟੋ ਘੱਟ 10 ਜਾਨਵਰ ਲੈ ਕੇ ਆਏ ਆ ਪਰ ਇਹ ਨਾ ਕੋਈ ਜਿੱਤ ਚ ਕਵੇ ਸਾਡੇ 4 ਜਾਨਵਰ ਖੀਰੇ ਹਰੇ ਵੀ ਆ ਠੀਕ ਹੈ ਕਿ ਨਹੀਂ ਇੱਕ ਜਿੱਤਿਆ ਵਾ ਇਹ ਨਹੀਂ ਹੁੰਦਾ ਵੀ ਜੇ ਸਾਰੇ ਲੈਂਦੇ ਸਾਰੇ ਜਿੱਤ ਲੈਂਦੇ ਆ ਕੁਛ ਕੁ ਕਮੀਆਂ ਹੋ ਜਾਂਦੀਆਂ ਜਿਹੜਾ ਬੱਕਰਾ ਇਹਦਾ ਭਰਾ ਹਰਿਆ ਉਹਦੇ ਕੰਨ ਤੇ ਮਾੜਾ ਜਿਹਾ ਤੁਹਾਨੂੰ ਦੱਸ ਦਈਏ ਬਾਂਦਰੀ ਰੱਖੀ ਆ ਪ੍ਰਧਾਨ ਦੇ ਸਾਡੇ ਉਹ ਬਾਂਦਰੀ ਦੇ ਕੰਨ ਫੜਤਾ ਉਹਦਾ ਮਾੜਾ ਜਿਹਾ ਉਹਦੇ ਕਰਕੇ ਦੂਜੇ ਰਾਉਂਡ ਚੋਂ ਬਾਹਰ ਨਿਕਲ ਗਿਆ ਬਾਕੀ ਚਲੋ ਮਾਰਕਾ ਵੀਰੇ ਕੁਛ ਸੇਵਾ ਸੰਭਾਲ ਦੇ ਵੀ ਨੰਬਰ ਲੱਗਦੇ ਨੇ ਜੱਜਮੈਂਟ ਵਾਲੇ ਵੀਰਾਂ ਤੋਂ ਪੁੱਛ ਕੇ ਜਾਇਓ
क्योंकि यह चीजा जरूरी ने। यह नहीं भी कल्ली ब्रीड के ही नंबर लगते हैं, ब्रीड के तो लकड़े लकड़े आ सेवा दे ग्रोथ के नंबर टन्ना दे होर है जो भी उम्र मुताबक जो भी लिखना चाल ढाल टेस्टिकल ये चीजा जरूरी ने। कई वीर कले कन्न देखी जाते कन्न नहीं जितने है कन्न जे आप ज्यादा लंबे भी दे लिए तो हैदराबादी क्रॉस से आ जाते हैं बीचों के कन्न। मैं नहीं अपनी जबान चो कहना डॉक्टर साहब इतने जे जजमेंट करते हैं टोंगवाली तो मेरा वीर वड्डा भरा भी कह सकते हैं बराबर का भी कह सकते हैं वह भी उधर पट्ठा की जजमेंट करते हैं उत्थे भी जो वीरवार की मंडी लगती है बहुत पुरानी मंडी आ मशहूर आ पंजाब की तगड़ी मंडी आ उत्थे भी असं जाने तो होर भी वीर पहुंचा करो क्योंकि जिहड़ियां मंडियां ने जे मंडियां कामयाब ने वीरे तो साडा व्यापार कामयाब समझ लिया जिथे वड्डा बाजार होगा समझ लो भी अज पंजाब दे विच भरमार आ मंडियां दी जे असीं कितों मार्केट चो समान लैणा ना लोकल बाजार नूं छड्ड दिंदे आ असीं लुधियाणे जांदे आ भी आपां यार चौड़े बाजार चलीए उत्थे कपड़ा लेरा या जुत्तियां दी दुकानां पड़ियां ने पर जिहड़ा इंडिया दा व्यापारी आ ना उहदी हक पंजाब ते आ जे पंजाब दीआं ज्यादातर मंडियां इह कामयाब होणगीआं तां पंजाब दे विच बकरियां दा रुजगार कीता इह सिखरां ते चलूगा इसलिए हर मंडी ते वध तों वध जाणा चाहीदा कोई खरीदो कोई वेचो ये जरूरी नहीं जो मेरे नाल जिहड़ी बनती है मेरी मंडी से आ मुलापुरी भी होर कितें जाण पर असी हाँ जी ये सारिया का धन्यवाद करते हैं तो चैंपियन बनिया बकरा सानू भी खुशी हुई है तो जो भी असी यदि तैयारी की मेरे बच्चों का सहयोग है मेनू नाल मेरिया तीन बेटिया उन्होंने भी मैं फुल सहयोग दिता तो अब जो भी खेड गई ने आल इंडिया चैंपियन कत के अज बरासते पंजड़िया पिरसा पंजाब दी खेडा अज अमृतसर के चल दी उतों भी साड़ी जित हार की जरा रिजल्ट है आने वाला महाराज कृपा करे वो भी बच्चिया बहुत बहुत धन्यवाद सारी कमेटी का धन्यवाद वाहेगुरु जी का खालसा वाहेगुरु जी ये बाबा जी सी मुलापुर तो जेडे मंडी लगाते ने भीरे इन्हों का बच्चा चैंपियन बनिया हूँ दूजे बच्चे बारे आप पता करा भीर तो हाँ जी भीरे कि पिंड तो तुम पिंड नूपगढ़ जिला मानसा तो ने भीरे इन्हां दे बच्चे ने तीजी पोजीशन हासिल करी है भीरे चलो भीरे हां जी भीरे आपां ठीक है सनख बने दे विच पहली पोजीशन ढिलवां पिंड तो ये बच्चे ने भी प्राप्त करी है सनख बने च पहली पोजीशन जी राउंड लगाओ जी राउंड लेके मेरा वीर नाम ले जाओ पहला नाम मैं मास्टर गुरजीत जी नूं साडी सारी कमेटी दे जिन्ने प्रधान जी ने गुरमेल जी दो दंद बकरे तैयार कर लो जी दो दंद रिंग खाली कर दो वीर बन के रिंग खाली कर दो सारिआं नूं देखण दिओ रिंग बंद कर खुला कर दो भाई मुरे आ जाओ जी जल दस मुरे आ जाओ यार बंद करा दे तो बंद कर दे भाई यार डेक बंद कर दे भीरे दो मिनट ठीक है जी बाबा जी नु बहुत बहुत सैकंड वाला हो जी बहुत मुबारकां आ पक्खा ले जाओ भाई सैकंड वाला वीर सैकंड वाला वीर आ जाओ भाई सर नु ले लो सेकंड पोजीशन वाला वीर सेकंड वाला सेकंड वाला आओ जी सेकंड वाला सेकंड वाले वीर नु बैठ के इधरले पासे आ जाओ वीरे सारे इधरले पासे नु जा भाई वीरे थर्ड वाला भी रेडी रहो बड़ा काम नु रेडी है ता खींच दो भाई काम नु टाइम बहुत का काम ठीक है जी ओके ओके जी ओके जी तीजे नंबर वाला भीरे तीजे नंबर वाला भीरे तीजे नंबर वाला आजो जी आजो भीरे एक मिनट भीर फोटो करा ली बाद च देने तेनु स्टेज तो ले जा स्टेज आ करो जी ताड़ी मार दे करो भीरे ताड़ी मार नाल कुछ नहीं घसदा भीरे इना भाई होता
ਓਕੇ ਜੀ ਓਕੇ ਆਪਾਂ ਜਲਦੀ ਰਿੰਗ ਦੇ ਵਿੱਚ ਇੱਕ ਵਾਰੀ ਸਾਰੇ ਜਿੰਨੇ ਵੀ ਬੱਚੇ ਨਾਮ ਨੇ ਰਿੰਗ ਦੇ ਵਿੱਚ ਰਾਉਂਡ ਲਵਾ ਕੇ ਬੱਚੇ ਬਾਹਰੇ ਲੈ ਜਾਓ ਬਾਕੀ ਸਾਰੇ ਵੀ ਰਿੰਗ ਤੋਂ ਬਾਹਰੇ ਹੋ ਜਾਓ ਰਿੰਗ ਦੇ ਬਾਹਰੇ ਹੋ ਜਾਓ ਜੀ ਹੱਥ ਬੰਨ ਕੇ ਬੇਨਤੀ ਆ ਵੀਰ ਬਣ ਕੇ ਇੱਕ ਵਾਰੀ ਗੇੜਾ ਲਵਾਵਾਂਗੇ ਜਿਹੜੇ ਬੱਚੇ ਨਾਮ ਆਏ ਜੀ ਉਸ ਤੋਂ ਬਾਅਦ ਰਿੰਗ ਤੋਂ ਬਾਹਰੇ ਹੋ ਜਾਓ